ਇਹ ਬਹੁਤ ਆਸਾਨ ਕਾਗਜ਼ ਦਾ ਘਰ ਹੈ। ਇਸਦੀ ਨੀਂਹ ਨਹੀਂ ਹੈ, ਪਰ ਇਹ ਬਣਾਉਣਾ ਬਹੁਤ ਆਸਾਨ ਹੈ। ਇੱਕ ਚੌਕੌਰ ਟੁਕੜਾ ਕਾਗਜ਼ ਲਓ ਅਤੇ ਇਸਨੂੰ 16 ਛੋਟੇ ਚੌਰਸ ਟੁਕੜਿਆਂ ਵਿੱਚ ਮੋੜੋ। ਪਹਿਲਾਂ ਵਿਚਕਾਰ ਤੋਂ ਮੋੜੋ ਅਤੇ ਫਿਰ ਦਰਵਾਜ਼ੇ ਬੰਦ ਕਰ ਦਿਓ। ਦੂਸਰੀ ਤਰਫ ਇਹ ਸਭ ਦੁਹਰਾਓ ਤਾਂ ਕਿ 16 ਛੋਟੇ ਚੌਕੌਰ ਬਣ ਜਾਣ। ਹੁਣ 6 ਲਾਈਨਾਂ 'ਤੇ ਕੱਟੋ ਜੋ ਕਿ ਸਿਰਫ ਚੌਥਾਈ ਕੱਟ ਹੋਣਗੇ। 4 ਹਿੱਸਿਆਂ 'ਤੇ ਨਿਰਦੇਸ਼ ਅਨੁਸਾਰ ਗੂੰਦ ਲਗਾਓ। ਦਰਸਾਏ ਅਨੁਸਾਰ ਗੂੰਦ ਲਗਾ ਕੇ ਘਰ ਦੀ ਤਿਕੋਣ ਛੱਤ ਬਣਾਓ। ਪਹਿਲਾਂ ਇੱਕ ਪਾਸੇ 'ਤੇ ਫਿਰ ਦੂਸਰੇ ਪਾਸੇ 'ਤੇ ਗੂੰਦ ਲਗਾਓ। ਸਿਰਫ 1 ਮਿੰਟ ਵਿੱਚ ਤਿਆਰ ਹੈ ਇਹ ਘਰ। ਇਸਦੇ ਕੋਈ ਖਿੜਕੀ ਜਾਂ ਦਰਵਾਜ਼ੇ ਨਹੀਂ ਹਨ। ਦਰਵਾਜ਼ੇ ਤੇ ਖਿੜਕੀ ਲਈ ਨਿਸ਼ਾਨ ਲਗਾਓ, ਫਿਰ ਕੈਂਚੀ ਨਾਲ ਕੱਟੋ। ਦਰਵਾਜ਼ੇ ਖਿੜਕੀਆਂ ਨੂੰ ਹਵਾਦਾਰ ਬਣਾਓ। ਇਸ 'ਤੇ ਰੰਗ ਭਰੋ ਅਤੇ ਇਸਨੂੰ ਖੂਬਸੂਰਤ ਬਣਾਓ। ਵਧੀਆ ਡਿਜ਼ਾਈਨ ਬਣਾ ਕੇ ਘਰ ਨੂੰ ਹੋਰ ਖੂਬਸੂਰਤ ਬਣਾਓ। ਇਸ ਵਿੱਚ ਆਪਣੀ ਮਰਜ਼ੀ ਦੇ ਰੰਗ ਭਰੋ।